ਪੰਜਾਬ ਵਿੱਚ ਇਸ ਵੇਲੇ ਇੱਕੋ ਹਵਾ ਚੱਲ ਰਹੀ ਹੈ ਅਤੇ ਉਹ ਹੈ ਚੋਣਾਂ ਦੀ। ਸਿਆਸਤ ਵਿੱਚ ਰੁੱਝੀ ਹੋਈ ਪੂਰੀ ਸਰਕਾਰ ਲੋਕਾਂ ਨੂੰ ਸੁਹਾਵਣੇ ਵਾਅਦੇ ਤਾਂ ਕਰ ਰਹੀ ਹੈ, ਪਰ ਜੋ ਕੀਤੇ ਹੋਏ ਵਾਅਦੇ ਨੇ ਉਹ ਪੁਗਾਏ ਨਹੀਂ ਜਾ ਰਹੇ। ਹਰ ਇੱਕ ਸਰਕਾਰ ਆਪਣੇ ਆਪ ਨੂੰ ਕਿਸਾਨਾਂ ਦੀ ਹਿਤੈਸ਼ੀ ਦੱਸ ਰਹੀ ਹੈ, ਪਰ ਕਿਸਾਨਾਂ ਦੀ ਅਸਲ ਵਿੱਚ ਕੋਈ ਵੀ ਸਾਰ ਨਹੀਂ ਲੈ ਰਿਹਾ। ਕਿਸਾਨਾਂ ਵੱਲੋਂ ਮੰਡੀਆਂ ਤੱਕ ਪਹੁੰਚਾਈ ਹੋਈ ਆਪਣੀ ਖੂਨ ਪਸੀਨੇ ਦੀ ਕਮਾਈ ਵੱਲ ਹੁਣ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ। ਕਿਸਾਨਾਂ ਦੇ ਨਾਲ ਨਾਲ ਮੰਡੀਆਂ ਵਿੱਚ ਲਿਫਟਿੰਗ ਨਾ ਹੋਣ ਕਾਰਨ ਕੰਮ ਕਰਨ ਵਾਲੀ ਲੇਬਰ ਵੀ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਇੱਕ ਮਹੀਨੇ ਦਾ ਸਮਾਂ ਹੋ ਗਿਆ ਹੈ, ਉਹਨਾਂ ਆਪਣੇ ਘਰ ਦਾ ਮੂੰਹ ਨਹੀਂ ਵੇਖਿਆ। ਬਾਈ ਜੀ, 15 ਦਿਨ ਹੋ ਗਏ, 15 ਦਿਨ ਤੋਂ ਨਾ ਲੈਫਟਿੰਗ ਨਹੀਂ ਹੋ ਰਹੀ। ਬਸ ਜੇ ਲੈਫਟਿੰਗ ਹੋ ਵੀ ਰਹੀ ਆ ਤਾਂ ਗੱਡੀਆਂ ਬਹੁਤ ਘੱਟ ਆ ਰਹੀਆਂ, ਅਤੇ ਮਤਲਬ ਅਸੀਂ ਖਰਚੇ ਨੂੰ ਵੀ ਤੰਗ ਹੋਏ ਪਏ ਹਾਂ, ਅਤੇ ਆ ਨਾਲ ਸਾਡੇ 15-15 ਜਿਹੜੇ ਲੇਬਰ ਵਾਲੇ ਆ, ਅਤੇ ਮਤਲਬ ਘਰੋਂ ਫੋਨ ਆ ਰਹੇ ਆ ਵੀ ਇੰਨਾ ਟਾਈਮ ਲੱਗ ਗਿਆ, ਮਹੀਨੇ ਤੋਂ ਉੱਪਰ ਜਾ ਰਹੇ ਆ ਲਗਭਗ, ਅਤੇ ਅੱਗੇ ਸਾਡਾ ਕੰਮ 15-18 ਦਿਨ ਦੇ ਵਿੱਚ ਨਿਬੜ ਜਾਂਦਾ ਵਾ, ਅਤੇ ਕੀ ਇੰਨਾ ਕੰਮ ਲੇਟ ਹੋਇਆ ਪਿਆ। ਸਾਡੇ ਕੋਲ ਖਾਣ ਨੂੰ ਰਾਸ਼ਨ ਵੀ ਮੁੱਕਿਆ ਪਿਆ ਵਾ, ਅਤੇ ਨਾ ਸਾਨੂੰ ਸ਼ਰਮ ਆਉਂਦੀ ਆੜ੍ਹਤੀਆਂ ਤੋਂ ਬਿੰਦੇ ਝੱਟੇ ਪੈਸੇ ਮੰਗਦਿਆਂ ਨੂੰ। ਸਾਡੇ ਕੋਲ ਹੁਣ ਮਤਲਬ ਵੀ ਖਰਚਾ ਵੀ ਹੈ ਨਹੀਂ ਗਾ, ਜੇ ਹੁਣ ਮਤਲਬ ਵੀ ਆੜ੍ਹਤੀਆਂ ਤੋਂ ਅਸੀਂ ਪੈਸੇ ਮੰਗਦੇ ਹਾਂ ਅਤੇ ਉਹ ਪੈਸੇ ਆਉਣ ਸਾਰ ਹੀ ਸਾਡੇ ਕੋਲ ਚੱਲ ਜਾਂਦੇ ਆ, ਕਿਉਂਕਿ ਇੰਨੇ ਬੰਦਿਆਂ ਦਾ ਖਰਚਾ ਕਰਨਾ ਬਹੁਤ ਔਖਾ ਜੀ। ਅਤੇ ਕੋਈ ਮੀਂਹ ਬਾਰਿਸ਼ ਵੀ ਆਈ ਹੈ, ਬਾਰਿਸ਼ ਨਾਲ ਕੋਈ ਮਾਲ ਭੇਜਣ ਦਾ ਵੀ ਤੁਹਾਨੂੰ ਕੋਈ ਨੁਕਸਾਨ ਪੈਂਦਾ? ਹਾਂਜੀ ਹਾਂਜੀ, ਉਹਦੀ ਦਿੱਕਤ ਪੂਰੀ ਆ ਜੀ, ਉਹਦੀ ਕਾਟ ਕੱਟੀ ਜਾਂਦੀ ਆ ਜੀ। ਜੇ ਮਾਲ ਹੁਣ ਗਿੱਲਾ ਅਸੀਂ ਲੋਡ ਕਰਾਉਂਦੇ ਹਾਂ, ਕੁਛ ਤਾਂ ਪਹਿਲਾਂ ਮਤਲਬ 15 ਦਿਨ ਤੋਂ ਹੋ ਗਏ, ਪਹਿਲਾਂ ਲੈਫਟਿੰਗ ਚੱਲੀ ਨਹੀਂ, ਮਤਲਬ ਉਹਦੀ ਸ਼ੋਰਟੇਜ ਪੈ ਰਹੀ ਆ, ਉਹਦੀ ਸ਼ੋਰਟੇਜ ਹੁਣ ਆੜ੍ਹਤੀਆ ਚੌਧਰੀ ਨੂੰ ਪਾ ਰਿਹਾ ਵਾ, ਅਤੇ ਹੁਣ ਚੌਧਰੀ ਗਰੀਬ ਬੰਦੇ ਆ, ਚੌਧਰੀ ਕਿੱਧਰ ਨੂੰ ਜਾਵੇ ਹੁਣ? ਉੱਤੋਂ ਇੱਕ ਮੌਸਮ ਖਰਾਬ ਆ ਜੀ, ਰੱਬ ਦੀ ਕੁਦਰਤ ਦਾ ਕਹਿਰ ਵਰਤ ਰਿਹਾ, ਮੀਂਹ ਰੋਜ਼ ਵਾਂਗੂ ਆ ਜਾਂਦਾ ਵਾ, ਅਤੇ ਇਹ ਕਣਕ ਹੁਣ ਛਿੱਲੀ ਹੋਈ ਜਾਂਦੀ ਆ, ਜਦੋਂ ਛਿੱਲੀ ਹੁੰਦੀ ਆ ਇਹਦਾ ਛਿੱਲੀ ਦਾ ਕੱਟ ਲੱਗਣਾ ਜੀ, ਇਹ ਵੀ ਲੇਬਰ ਨੂੰ ਹੀ ਲੱਗਣਾ। ਕਿਸਾਨਾਂ ਦੀ ਸਰਕਾਰ ਨੂੰ ਮੰਗ ਹੈ ਕਿ ਇਸ ਦਾ ਹੱਲ ਜਲਦ ਕੱਢਿਆ ਜਾਵੇ। ਕਾਰਨ ਇਹ ਹੈ ਜੀ, ਅਸੀਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਜੀ, ਜਿਹੜਾ ਮਾਲ ਸਾਡਾ ਚੁਕਾਇਆ ਜਾਵੇ। ਪਹਿਲਾਂ ਸਾਨੂੰ ਇਹਨਾਂ ਨੇ ਹਫ਼ਤਾ ਲੇਟ ਕੀਤਾ ਵਾ, 12 ਦਿਨ ਨਹੀਂ ਦਿੱਤਾ, ਫਿਰ ਗੱਡੀਆਂ ਦੀ ਹੜਤਾਲ ਕਰਤੀ, 10 ਦਿਨ ਸਾਨੂੰ 12 ਦਿਨ ਨਹੀਂ ਮਿਲਿਆ, ਜਦੋਂ 12 ਦਿਨ ਮਿਲਿਆ ਹੁਣ ਚੁਕਾਉਂਦੇ ਨੀਗੇ। ਕਿੰਨੀ ਕੁ ਬੋਰੀ ਹੈ ਜਿਹੜੀ ਮੰਡੀ ਦੇ ਵਿੱਚ ਪਈ ਹੈ? 25,000 ਦਾ ਗੱਟਾ ਪਿਆ ਜੀ। ਇੱਕ ਪਾਸੇ ਪ੍ਰਸ਼ਾਸਨ ਦੀ ਬੇਰੁਖੀ ਅਤੇ ਦੂਜੇ ਪਾਸੇ ਮੌਸਮ ਅਤੇ ਮੀਂਹ ਦੀ ਮਾਰ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਾਹ ਸੁੱਕੇ ਹੋਏ ਨੇ। ਜੇਕਰ ਬੋਰੀਆਂ ਵਿੱਚ ਭਰੀ ਹੋਈ ਫਸਲ ਨੂੰ ਚੁੱਕਿਆ ਨਹੀਂ ਜਾਂਦਾ ਤਾਂ ਬੋਰੀਆਂ ਵਿੱਚ ਪਈ ਫਸਲ ਸਲਾਬ ਜਾਂਦੀ ਹੈ, ਤਾਂ ਇਸ ਦਾ ਖਮਿਆਜ਼ਾ ਵੀ ਮਜ਼ਦੂਰਾਂ ਨੂੰ ਹੀ ਭੁਗਤਣਾ ਪੈਂਦਾ ਹੈ। ਮੋਗਾ ਤੋਂ ਜੋਗਿੰਦਰ ਸਿੰਘ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਆਸਟ੍ਰੇਲੀਆ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ? ਕੀ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ? ਕੀ 6-5 ਬੈਂਡ 'ਤੇ ਤੁਹਾਡਾ ਦਾਖਲਾ ਨਹੀਂ ਹੋ ਰਿਹਾ? ਅਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨਾਲ ਰਾਬਤਾ ਕਰੋ, 92563 'ਤੇ ਕਾਲ ਕਰਕੇ ਆਸਟ੍ਰੇਲੀਆ ਸਟੂਡੈਂਟ ਬਾਰੇ